ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਦਿਲਜੋਤ ਪਰਮਾਰ। ਦੋਸਤੋ, ਅੱਜ ਦੀ ਵੀਡੀਓ 'ਚ ਅਸੀਂ ਲੈ ਕੇ ਆਏ ਹਾਂ ਪੰਜਾਬੀ ਏ ਦਾ ਪੇਪਰ, ਜੋ ਕਿ ਤੁਹਾਡਾ ਪ੍ਰੀ ਬੋਰਡ 2024 ਦਾ ਵਾ। ਸੋ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਦੇਖਣ ਨੂੰ ਮਿਲ ਸਕਦੇ ਨੇ। ਇਸ ਕਰਕੇ ਇਸ ਵੀਡੀਓ ਨੂੰ ਹਜੇ ਹੀ ਲਾਈਕ ਕਰਕੇ ਰੱਖ ਲਿਓ, ਕਿਉਂਕਿ ਬਾਅਦ 'ਚੋਂ ਇਹ ਵੀਡੀਓ ਨਹੀਂ ਲੱਭਣੀ, ਇੰਨੇ ਸੌਖੇ ਤਰੀਕੇ ਨਾਲ ਤੁਹਾਨੂੰ ਹੱਲ ਕਰਾਇਆ ਜਾਊਗਾ। ਚਲੋ ਕਰਦੇ ਹਾਂ ਵੀਡੀਓ ਸਟਾਰਟ। ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ 65 ਨੰਬਰ ਦਾ ਤੁਹਾਨੂੰ ਪੇਪਰ ਹੋਊਗਾ, 3 ਘੰਟੇ ਹੋਣਗੇ ਤੁਹਾਨੂੰ ਪੇਪਰ ਦੇਣ ਨੂੰ। ਚਲੋ ਕਰਦੇ ਹਾਂ ਵੀਡੀਓ ਸਟਾਰਟ। 5 ਨੰਬਰ ਹੋਣਗੇ ਪਹਿਲਾਂ ਤਾਂ ਤੁਹਾਨੂੰ ਲਿਖਾਈ ਦੇ, ਠੀਕ ਹੈ, ਮਤਲਬ 60 ਨੰਬਰ ਦਾ ਪੇਪਰ ਹੋ ਗਿਆ ਲਿਖਤੀ। ਸੋ ਚਲੋ ਕਰਦੇ ਹਾਂ। ਸ਼ੁਰੂ ਵਿੱਚ ਤੁਹਾਨੂੰ 10 ਕੁਐਸਚਨ ਆ ਜਾਣਗੇ, ਠੀਕ ਹੈ, ਤੁਹਾਨੂੰ ਇਹ ਕਿੱਦਾਂ ਵੀ ਪੁੱਛੇ ਜਾ ਸਕਦੇ ਆ। ਇੱਥੇ ਤੁਹਾਨੂੰ ਜ਼ਿਆਦਾਤਰ 2 ਜਾਂ 3 ਕੁਐਸਚਨ ਇੱਦਾਂ ਆ ਹੀ ਜਾਂਦੇ ਆ ਕਿ ਰਾਈਟਰ ਦਾ ਨਾਂ ਦੱਸੋ ਜਾਂ ਉਹਦੀ ਜੋ ਉਹਨੇ ਬਣਾਈ ਹੋਈ ਆ ਪੁਸਤਕ, ਮਤਲਬ ਪਾਠ ਪੂਠ, ਉਹਦਾ ਨਾਂ ਦੱਸੋ, ਠੀਕ ਹੈ। ਚਲੋ ਹੁਣ ਕਰਦੇ ਹਾਂ ਇਹ ਸਟਾਰਟ। ਸੋ ਪਹਿਲੇ ਵਿੱਚ ਆ ਜਾਣਗੇ ਜੀ ਸਾਨੂੰ 10 ਵਸਤੂਨਿਸ਼ਟ ਕੁਐਸਚਨ। ਚਲੋ ਇਹਨਾਂ ਦੇ ਆਂਸਰ ਦਿੰਦੇ ਹਾਂ। ਸੂਫੀ ਕਾਵਧਾਰਾ ਦੇ ਕਿਸੇ ਇੱਕ ਕਵੀ ਦਾ ਨਾਂ ਦੱਸੋ, ਠੀਕ ਹੈ, ਕਿਹਦਾ ਨਾਂ ਦੱਸ ਦਿਓ, ਬੁੱਲੇ ਸ਼ਾਹ ਲਿਖ ਦਿਓ, ਠੀਕ ਹੈ, ਜਿਹੜਾ ਤੁਹਾਡੇ ਦਿਮਾਗ 'ਚ ਆਊਗਾ ਲਿਖ ਦਿਓ। ਮੈਂ ਲਿਖ ਦਿੰਦਾ ਬੁੱਲੇ ਸ਼ਾਹ, ਬੁੱਲੇ ਸ਼ਾਹ। ਹੁਣ ਨੈਕਸਟ ਕਰਦੇ ਹਾਂ। ਨੈਕਸਟ ਹੈਗਾ ਜੀ ਗਗਨ ਮਥਾਲ ਦੀ ਰਚਨਾ ਕਿਸਨੇ ਕੀਤੀ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀਗੀ, ਗੁਰੂ ਨਾਨਕ ਦੇਵ ਜੀ। ਹੁਣ ਕਰਦੇ ਹਾਂ ਨੈਕਸਟ। ਨੈਕਸਟ ਹੈਗਾ ਜੀ ਅਰਦਾਸ ਕਦੋਂ ਕੀਤੀ ਜਾਂਦੀ ਆ, ਠੀਕ ਹੈ। ਸੋ ਅਰਦਾਸ ਕੀਤੀ ਹੈ ਜੀ ਹਰ ਸੰਸਾਰਿਕ ਮੌਕੇ ਉੱਤੇ, ਠੀਕ ਹੈ, ਜਾਂ ਹਰ ਵੇਲੇ ਲਿਖ ਲਓ, ਠੀਕ ਹੈ, ਹਰ ਸੰਸਾਰਿਕ ਮੌਕੇ ਵੇਲੇ ਜਾਂ ਫਿਰ ਹਰ ਵੇਲੇ ਲਿਖ ਲਓ। ਨੈਕਸਟ ਦੇਖਦੇ ਹਾਂ। ਨੈਕਸਟ ਹੈਗਾ ਜੀ ਮਹਾਕਵੀ ਕਾਲੀਦਾਸ ਲੇਖ ਦਾ ਲੇਖਕ ਕੌਣ ਹੈ। ਸੋ ਇੱਥੇ ਆਂਸਰ ਆਜੂਗਾ ਜੀ ਪ੍ਰੋਫੈਸਰ ਪਿਆਰਾ ਸਿੰਘ ਪਦਮ, ਠੀਕ ਹੈ, ਸਿੰਘ ਲਾ ਲਿਓ ਆਪਣੇ ਆਪ, ਠੀਕ ਹੈ, ਪਦਮ ਲਿਖ ਦਿੰਦਾ ਮੈਂ, ਪਦਮ, ਪਿਆਰਾ ਸਿੰਘ ਪਦਮ। ਹੁਣ ਕਰਦੇ ਹਾਂ ਜੀ ਨੈਕਸਟ। ਇੱਕ ਪੈਰ ਘੱਟ ਤੁਰਨਾ ਕਹਾਣੀ ਕਿਸ ਕਹਾਣੀਕਾਰ ਦੀ ਲਿਖੀ ਹੋਈ ਆ, ਠੀਕ ਹੈ, ਕਿਹਦੀ ਲਿਖੀ ਹੋਈ ਆ, ਅਜੀਤ ਕੌਰ ਦੀ, ਅਜੀਤ ਕੌਰ ਦੀ, ਗਲਤ ਹੋ ਗਿਆ, ਦੇਖ ਲਿਓ, ਠੀਕ ਹੈ। ਅਤੇ ਨੈਕਸਟ ਆਜੂਗਾ ਜੀ ਬਾਗੀ ਦੀ ਧੀ ਕਹਾਣੀ 'ਤੇ ਕਿਸੇ ਇੱਕ ਪਾਤਰ ਦਾ ਨਾਂ। ਸੋ ਵੀਰ ਸਿੰਘ ਵੀ ਆ ਮੇਰੇ ਸਾਹਮਣੇ, ਇੱਕ ਲਾਜ ਹੈਗੀ ਆ, ਠੀਕ ਹੈ, ਸੋ ਲਾਜ ਲਿਖ ਦਿਓ ਮੇਨ ਪਾਤਰ। ਸੋ ਹੁਣ ਕਰਦੇ ਹਾਂ ਜੀ ਨੈਕਸਟ। ਡਾਕਟਰ ਹਰਚਰਨ ਸਿੰਘ ਦੀ ਕਿਹੜੀ ਇਕਾਂਗੀ ਵੰਨਗੀ ਵਿੱਚ ਦਰਜਾ, ਠੀਕ ਹੈ, ਕਿਹੜੀ ਹੈ ਜੀ, ਜ਼ਫਰਨਾਮਾ, ਜ਼ਫਰਨਾਮਾ। ਅਤੇ ਨੈਕਸਟ ਆ ਜਾਂਦੇ ਹਾਂ ਜੀ ਸਮੁੰਦਰੋਂ ਪਾਰ ਇਕਾਂਗੀ ਅਨੁਸਾਰ ਬਲਵੰਤ ਢਿੱਲੋਂ ਹਰਦੇਵ ਦਾ ਕੀ ਲੱਗਦਾ ਸੀ, ਕੀ ਲੱਗਦਾ ਸੀ ਜੀ, ਮਿੱਤਰ, ਇਹਦਾ ਆਂਸਰ ਮਿੱਤਰ ਆ, ਦੋਸਤ ਲਿਖ ਦਿਓ ਭਾਵੇਂ। ਸੋ ਹੁਣ ਕਰਦੇ ਹਾਂ ਜੀ ਨੈਕਸਟ। ਇੱਕ ਹੋਰ ਨਵਾਂ ਸਾਲ ਦੇ ਕਾਂਡ 2 ਦਾ ਕੀ ਨਾਂ ਵਾ, ਕੀ ਨਾਮ ਹੈਗਾ ਜੀ, ਦੁਪਹਿਰ ਕਾਂਡ। ਪਹਿਲੇ ਦੇ ਕਾਂਡ ਦਾ ਨਾਂ ਹੈਗਾ ਸਵੇਰ ਕਾਂਡ, ਦੂਜੇ ਦਾ ਹੈਗਾ ਜੀ ਦੁਪਹਿਰ ਕਾਂਡ, ਤੀਸਰੇ ਦਾ ਹੈਗਾ ਜੀ ਸ਼ਾਮ ਕਾਂਡ, ਠੀਕ ਹੈ। ਇੱਕ ਹੋਰ ਨਵਾਂ ਸਾਲ ਦੇ ਕਾਂਡ 3 ਦੇ ਕਿਸੇ ਇੱਕ ਪਾਤਰ ਦਾ, ਜੇ ਤੁਹਾਨੂੰ ਐਵੇਂ ਕੋਈ ਪਾਤਰ ਦਾ ਨਾਂ ਪੁੱਛ ਲੈਣ ਜਿਹੜੇ ਮਰਜ਼ੀ ਕਾਂਡ 'ਚੋਂ, ਬੰਤਾ ਤਾਂ ਉਹ 'ਚ ਹੋਊਗਾ ਹੀ, ਠੀਕ ਹੈ, ਸੋ ਬੰਤਾ ਲਿਖ ਦਿਓ। ਹੁਣ ਕਰਦੇ ਹਾਂ ਜੀ ਨੈਕਸਟ। ਨੈਕਸਟ 'ਚ ਆਜੂਗਾ ਜੀ ਆਪਣੇ ਕੋਲ 4 ਕਵੀ ਬੰਦ ਦਿੱਤੇ ਹੋਣਗੇ, ਠੀਕ ਹੈ, ਇੱਕ ਆਜੂਗਾ ਜੀ ਆਪਣੇ ਕੋਲ ਗੁਰਮਤਿ ਕਾਵਿ 'ਚੋਂ, ਸੂਫੀ ਕਾਵਿ 'ਚੋਂ, ਠੀਕ ਹੈ, ਜਿੱਥੇ 2 ਹੋਰ ਜਿਹੜੇ ਹੈਗੇ ਆਪਣੇ ਕਾਵਾਂ 'ਚੋਂ, ਇੱਕ ਇੱਕ ਆਜੂਗਾ ਜਿਹਦੇ ਵਿੱਚ ਸਾਨੂੰ 2 ਕਰਨੇ ਆ, ਠੀਕ ਹੈ। ਤੁਸੀਂ 2 ਚੰਗੀ ਤਰ੍ਹਾਂ ਯਾਦ ਕਰ ਲਓ, ਠੀਕ ਹੈ, ਜਿਵੇਂ ਇੱਕ ਗੁਰਮਤਿ ਕਾਵਿ ਕਰ ਲਓ, ਜੇ ਤੁਹਾਨੂੰ ਸੂਫੀ ਕਾਵਿ ਵਧੀਆ ਲੱਗ ਰਿਹਾ ਤਾਂ ਸੂਫੀ ਕਾਵਿ ਵਧੀਆ ਕਰ ਲਓ, ਠੀਕ ਹੈ। ਸੋ ਗੁਰਮਤਿ ਕਾਵਿ ਸੌਖਾ ਹੁੰਦਾ ਜ਼ਿਆਦਾ, ਉਹ ਕਰ ਲਿਓ। ਸੋ ਪਹਿਲਾਂ ਹੁਣ ਆਪਾਂ ਇਹ ਸਾਰੇ ਸੋਲਵ ਕਰ ਲੈਂਦੇ ਹਾਂ। ਸੋ ਪਹਿਲਾ ਹੈਗਾ ਜੀ ਗੁਰੂ ਨਾਨਕ ਦੇਵ ਜੀ ਦੀ ਭੰਡ ਜੰਮਿਆਂ ਵਾਲੇ ਤੋਂ, ਠੀਕ ਹੈ, ਰੱਬਾ ਮੇਰੇ ਹਾਲ ਮਹਿਰੀਮ ਤੂੰ, ਇਹਨਾਂ ਸਾਰਿਆਂ ਦਾ ਮੈਂ ਤੁਹਾਨੂੰ ਇਕੱਠਾ ਹੀ ਆਂਸਰ ਕਰਨਾ, ਠੀਕ ਹੈ। ਸੋ ਠੀਕ ਹੈ, ਸੋ ਪਹਿਲਾਂ ਹੈਗੀ ਜੀ ਆਪਣੀ ਗੁਰਮਤਿ ਕਾਵਿ 'ਚੋਂ, ਦੂਸਰੀ ਹੈਗੀ ਆ ਜੀ ਆਪਣੀ ਸੂਫੀ ਕਾਵਿ 'ਚੋਂ, ਸੂਫੀ ਕਿਹਾ ਜਾਂ ਫਿਰ ਦੇਖ ਲਿਓ,
ਅਤੇ ਤੀਜੀ ਆਪਣੀ ਮਿਰਜ਼ਾ ਸਾਹਿਬਾ, ਚੌਥਾ ਹੈਗਾ ਜੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਜਫਰਨਾਮੇ 'ਚੋਂ। ਚਲੋ ਕਰਦੇ ਹਾਂ, ਸੋਰੀ ਜਫਰਨਾਮਾ ਨਹੀਂ, ਹਰ ਝੰਡੀ ਦੀ ਵਾਰ, ਚਲੋ ਕਰਦੇ ਹਾਂ। ਜਿਵੇਂ ਤੁਸੀਂ ਇੱਥੇ ਆਂਸਰ ਦੇਖ ਸਕਦੇ ਹੋ, ਠੀਕ ਹੈ, ਸਭ ਤੋਂ ਪਹਿਲਾਂ ਤੁਹਾਨੂੰ ਪ੍ਰਸੰਗ ਲਿਖਣੀ ਹੈ ਇੱਥੇ। ਪ੍ਰਸੰਗ 'ਚ ਕੀ ਵੀ ਹੋਊਗਾ ਜੀ, ਇਹ ਕਵੀ ਟੋਟਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਆਸਾ ਦੀ ਵਾਰ ਵਿੱਚੋਂ ਲਿਆ ਗਿਆ ਹੈ ਇਹ ਸਲੋਕ, ਜੋ ਕਿ 10ਵੀਂ ਜਮਾਤ ਦੀ ਪੁਸਤਕ ਸਿਹਤ ਮਾਲਾ ਵਿੱਚ ਸੋ ਕਿਉਂ ਮੰਦਾ ਆਖੀਏ ਸਿਰਲੇਖ ਅਧੀਨ ਹੈ। ਸੋ ਦੋਸਤੋ, ਇਹ ਤੁਹਾਨੂੰ ਲਾਈਨਾਂ ਜ਼ਰੂਰ ਹੀ ਲਿਖਣੀਆਂ ਜਦੋਂ ਜਿਹੜੇ ਮਰਜ਼ੀ 'ਚ ਆ ਜਾਏ, ਠੀਕ ਹੈ। ਸੋ ਇਹ ਲਾਈਨਾਂ ਨੂੰ ਚੰਗੀ ਤਰ੍ਹਾਂ ਰੱਟਾ ਲਾ ਲਿਓ, ਬਸ ਜਿਹੜੀ ਆਪਣੀ ਕਵਿਤਾ ਵਾ ਉਹ ਅਲੱਗ ਹੋਊਗੀ, ਠੀਕ ਹੈ। ਇਸ ਵਿੱਚ ਗੁਰੂ ਜੀ ਨੇ ਇਸਤਰੀਆਂ ਦੀ ਮਹਾਨਤਾ ਬਾਰੇ ਸਮਝਾਇਆ ਹੈ, ਠੀਕ ਹੈ। ਸੋ ਉਸ ਤੋਂ ਬਾਅਦ ਵਿਆਖਿਆ ਕਰਦੀ ਆ, ਦੇਖ ਲਿਓ, ਠੀਕ ਹੈ। ਸੋ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ, ਨੈਕਸਟ ਆ ਜੂਗੀ ਜੀ ਰੱਬਾ ਮੇਰੇ ਹਾਲ ਦਾ ਮਰੀਮ ਤੂੰ, ਠੀਕ ਹੈ। ਸੋ ਇਹਦੇ 'ਚ ਕੀ ਆ ਜੀ, ਇਹ ਕਵੀ ਟੋਟਾ 10ਵੀਂ ਜਮਾਤ ਦੀ ਸਿਹਤ ਮਾਲਾ ਪੁਸਤਕ ਵਿੱਚੋਂ ਸਭ ਕਿਸ ਮੇਰਾ ਤੂੰ ਸਿਰਲੇਖ ਹੇਠ ਦਰਜਾ, ਇਹ ਸ਼ਾਹ ਹੁਸੈਨ ਦੁਆਰਾ ਰਚੀ ਹੋਈ ਆ, ਠੀਕ ਹੈ। ਸੋ ਇਹ ਬਸ ਲਿਖਦੇ ਆਪਣੀ ਵਿਆਖਿਆ ਕਰ ਦੇਣੀ ਆ, ਠੀਕ ਹੈ, ਜੋ ਵੀ ਇਹਦੇ 'ਚ ਹੈਗਾ ਵਾ। ਸੋ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ। ਸੋ ਇਹ ਹੈਗੀ ਆ ਜੀ ਆਪਣੀ ਪਿੱਲੂ ਵਾਲੀ, ਇਹਦਾ ਪ੍ਰਸੰਗ ਦੇਖੋ। ਇਹ ਕਵੀ ਟੋਟਾ 10ਵੀਂ ਜਮਾਤ ਦੀ ਪੰਜਾਬੀ ਪੁਸਤਕ ਸਿਹਤ ਮਾਲਾ ਦੇ ਕਿੱਸਾ ਕਾਵਿ ਭਾਗ ਅਧੀਨ ਦਰਜ ਪੀਲੂ ਦੀ ਰਚਨਾ ਕਿੱਸਾ ਮਿਰਜ਼ਾ ਸਾਹਿਬਾ ਵਿੱਚੋਂ ਲਿਆ ਗਿਆ ਹੈ, ਠੀਕ ਹੈ। ਅਤੇ ਇਹਦੇ ਵਿੱਚ ਸਾਨੂੰ ਫਿਰ ਵਿਆਖਿਆ ਕਰ ਦੇਣੀ ਆ। ਸੋ ਹੁਣ ਕਰਦੇ ਹਾਂ ਜੀ ਨੈਕਸਟ। ਦੈਨ ਆਜੂਗਾ ਜੀ ਆਪਣੇ ਕੋਲ ਗੁਰੂ ਗੋਬਿੰਦ ਸਿੰਘ ਜੀ ਦੀ ਜਫਰਨਾਮੇ 'ਚੋਂ, ਸੋਰੀ ਜਫਰਨਾਮਾ ਨਹੀਂ, ਚੰਡੀ ਦੀ ਵਾਰ 'ਚੋਂ। ਸੋ ਇਹਦੇ 'ਚ ਤੁਸੀਂ ਦੇਖ ਸਕਦੇ ਹੋ, ਇਹ ਕਵੀ ਟੋਟਾ ਪੁਸਤਕ ਸਿਹਤ ਮਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਚੰਡੀ ਵਾਰ 'ਚੋਂ ਲਿਆ ਗਿਆ ਹੈ, ਠੀਕ ਹੈ। ਇਸ ਰਚਨਾ ਦੀ ਗੁਰੂ ਨਾਨਕ ਦੇਵ ਜੀ ਦੁਰਗਾ ਦੀ ਅਗਵਾਈ ਵਿੱਚ ਦੇਵਤਿਆਂ ਦੇ ਰਾਕਸ਼ ਦਾ ਹੋਇਆ ਯੁੱਧ ਬਿਆਨ ਕਰਦੇ ਹਨ। ਉਸ ਤੋਂ ਬਾਅਦ ਸਾਰੀ ਵਿਆਖਿਆ ਕਰ ਦੇਣੀ ਆ। ਚਲੋ ਹੁਣ ਕਰਦੇ ਹਾਂ ਨੈਕਸਟ। ਸੋ ਉਸ ਤੋਂ ਬਾਅਦ ਜਦੋਂ ਆਪਣੇ ਸਾਰੇ ਕੇਂਦਰੀ ਭਾਵ ਹੋ ਜਾਂਦੇ, ਸੋਰੀ ਉਹ ਹੋ ਜਾਂਦੇ ਆ ਜੋ ਵੀ ਸੀਗੀ ਪ੍ਰਸੰਗ ਵਿਆਖਿਆ। ਸੋ ਹੁਣ ਉਸ ਤੋਂ ਬਾਅਦ ਆਜੂਗੀ ਜੀ ਆਪਣੇ ਕੋਲ ਕੇਂਦਰੀ ਭਾਵ, ਠੀਕ ਹੈ। ਇਹ ਹੋਊਗਾ ਜੀ ਆਪਣੇ ਕੋਲ ਜਿਹੜੇ ਤੁਸੀਂ ਚਾਰ ਯਾਦ ਕਰ ਲਿਓ, ਠੀਕ, ਦੋ ਯਾਦ ਕਰ ਲਿਓ, ਉਹਨਾਂ 'ਚੋਂ ਇੱਕ ਅੱਧਾ ਆਈ ਜੂਗਾ, ਠੀਕ ਹੈ, ਠੀਕ ਹੈ। ਮਿੱਠ ਬੋਲਦਾ ਹਰ ਸੱਜਣ ਗੁਰਮਤਿ ਕਾਵਿ 'ਚੋਂ, ਇਸ਼ਕ ਦੀ ਨਵੀਓ ਨਵੀਂ ਬਹਾਰ ਇਹ ਆ ਗਈ ਆਪਣੀ ਸੂਫੀ ਕਾਵਿ ਤੋਂ, ਠੀਕ ਹੈ। ਚਲੋ ਹੁਣ ਕਰਦੇ ਹਾਂ। ਸੋ ਜੀ ਜਿਹੜਾ ਗੁਰਮਤਿ ਕਾਵਿ ਵਾਲਾ ਇਹ ਆ, ਉਸ ਮਾਲਕ ਪਰਮਾਤਮਾ ਦਾ ਸੁਭਾਅ ਬਹੁਤ ਮਿੱਠਾ ਹੈ, ਹਰ ਜੀਵ ਵਿੱਚ ਵੱਸਦਾ ਹੈ, ਸਾਰਿਆਂ ਨੂੰ ਆਤਮਿਕ ਸ਼ਾਂਤੀ ਭਰਪੂਰ ਜੀਵਨ ਦੇਣ ਵਾਲਾ ਹੈ। ਉਸਦੇ ਦਰਸ਼ਨ ਕਰਨ ਨਾਲ ਜੀਵਾਂ ਨੂੰ ਸ਼ਾਂਤੀ ਮਿਲਦੀ ਹੈ, ਉਹ ਕਣ ਕਣ ਵਿੱਚ ਵੱਸਦਾ ਹੈ, ਉਸਦਾ ਧਿਆਨ ਕਰਕੇ ਮਨੁੱਖ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦਾ ਹੈ। ਫਿਰ ਜੀ ਇਸ਼ਕ ਦੀ ਨਵੀਓ ਨਵੀਂ ਬਹਾਰ, ਸੂਫੀ ਫਕੀਰ ਮਿਰਜ਼ਾ ਦੇ ਕਾਮਰਾਡਾਂ ਤੋਂ ਦੂਰ ਰਹਿੰਦਾ ਹੈ ਅਤੇ ਰੱਬ ਦਾ ਪਿਆਰ ਪਾ ਕੇ ਉਸਦੇ ਇਸ਼ਕ ਦੀ ਨਵੀਂ ਨਵੀਂ ਬਹਾਰ ਦਾ ਆਨੰਦ ਮਾਣਦਾ ਹੋਇਆ ਉਸ ਨਾਲ ਇੱਕ ਮਿੱਕ ਹੋ ਜਾਂਦਾ ਹੈ। ਸੋ ਹੁਣ ਕਰਦੇ ਹਾਂ ਜੀ ਆਪਾਂ ਨੈਕਸਟ। ਦੈਨ ਆਪਣੇ ਕੋਲ ਆਜੂਗਾ ਜੀ ਸਾਰ, ਠੀਕ ਹੈ, ਅਤੇ ਆਪਾਂ ਕਰਨਾ ਜੀ ਇਹ ਦੋ, ਘਰ ਦਾ ਪਿਆਰ ਬੋਲੀ, ਠੀਕ ਹੈ, ਇਹਨਾਂ ਦੋਨਾਂ 'ਚ ਇੱਕ ਕਰਨਾ। ਚਲੋ ਕਰਦੇ ਹਾਂ। ਅਤੇ ਦੋਸਤੋ ਜਿਵੇਂ ਤੁਸੀਂ ਦੇਖ ਸਕਦੇ ਹੋ, ਇਹ ਮੈਂ ਬਸ ਤੁਹਾਨੂੰ ਦੱਸ ਰਿਹਾ ਵਾਂ, ਠੀਕ ਹੈ, ਮੈਂ ਇਹ ਨਹੀਂ ਕਹਿ ਰਿਹਾ ਕਿ ਪੇਪਰ 'ਚ ਪੱਕਾ ਹੀ ਪੱਕਾ ਆਊਗਾ, ਤੁਹਾਨੂੰ ਖੁਦ ਦੇਖ ਲੈਣਾ ਵਾ, ਠੀਕ ਹੈ, ਜਿਹੜਾ ਤੁਹਾਨੂੰ ਮੈਮ ਇੰਪੋਰਟੈਂਟ ਕਹਿ ਰਿਹਾ, ਠੀਕ ਹੈ। ਅਤੇ ਘਰ ਦਾ ਪਿਆਰ ਇਹ ਤੁਸੀਂ ਸਾਰਾ ਪੜ੍ਹ ਲਿਓ, ਠੀਕ ਹੈ। ਇਹਦੇ ਵਿੱਚ ਆਹੀ ਦੱਸਿਆ ਹੋਇਆ ਕਿ ਸਾਡੀਆਂ ਸਦਰਾਂ ਇਹ 'ਚ ਹੀ ਪਾਲਦੀਆਂ ਨੇ ਸਾਨੂੰ, ਘਰ ਐਂ ਜਾਪਦਾ ਜਿਵੇਂ ਬਹੁਤ ਪਿਆਰੀ ਹੋਵੇ, ਠੀਕ ਹੈ। ਸਾਰਾ ਕੁਛ ਇਹਦੇ ਵਿੱਚ ਤੁਸੀਂ ਲਿਖ ਦੇਣਾ, ਇੱਕ ਵਾਰ ਪੜ੍ਹ ਲਿਓ ਅਤੇ ਆਪਣੇ ਵੱਲੋਂ ਬਣਾ ਦਿਓ, ਠੀਕ ਹੈ। ਬਾਕੀ ਨਹੀਂ ਬਣਾ ਸਕਦੇ, ਬਟ ਇਹ ਬਣਾ ਸਕਦੇ ਹੋ ਤੁਸੀਂ ਆਪਣੇ ਵੱਲੋਂ। ਬੋਲੀ ਵੀ ਤੁਸੀਂ ਆਪਣੇ ਵੱਲੋਂ ਬਣਾ ਸਕਦੇ ਹੋ, ਤੁਸੀਂ ਬਸ ਜਿਹੜੇ ਹਾਈਲਾਈਟ ਕੀਤੇ ਹੋਏ ਆ ਮੈਂ ਉਹਨਾਂ ਨੂੰ ਮੇਨ ਮੇਨ ਪੁਆਇੰਟ ਨੂੰ ਸਮਝ ਲਿਓ, ਠੀਕ ਹੈ। ਅਤੇ ਹੁਣ ਤੁਹਾਨੂੰ ਉੱਤੋਂ ਦਿਖਾਉਂਦਾ
ਤੇ ਐਂਡ ਤੇ ਆਪਣੀਆਂ ਹਲਾਈਆਂ ਬਚਣਗੀਆਂ। ਇਸ ਨਾਲ ਸਾਡੀ ਬੋਲੀ ਅਮੀਰ ਅਤੇ ਸ਼ਖਸੀਅਤ ਪ੍ਰਭਾਵਸ਼ਾਲੀ ਬਣੇਗੀ। ਚਲੋ ਹੁਣ ਕਰਦੇ ਹਾਂ ਨੈਕਸਟ। ਸੋ ਇੱਥੇ ਹੀ ਆਪਣੇ ਹੋ ਜਾਂਦੇ ਆ ਜੀ ਆਪਣੇ ਸਾਰ ਵੀ, ਅਤੇ ਹੁਣ ਆ ਜਾਂਦੇ ਆ ਜੀ ਆਪਾਂ ਪ੍ਰਸ਼ਨ ਉੱਤਰਾਂ 'ਤੇ। ਸਭ ਤੋਂ ਪਹਿਲਾਂ ਦੇਖ ਲਓ ਸਾਰੇ ਪ੍ਰਸ਼ਨ ਫਿਰ ਆਪਾਂ ਸਾਰੇ ਇਕੱਠੇ ਹੀ ਕਰਦੇ ਹਾਂ, ਠੀਕ ਹੈ। ਇਹਨਾਂ 'ਚੋਂ ਦੋ ਪ੍ਰਸ਼ਨ ਕਰਨੇ ਆ, ਚਾਰ ਪ੍ਰਸ਼ਨ ਦਿੱਤੇ ਹੋਏ ਆ, ਮਤਲਬ ਬਹੁਤ ਸੌਖਾ ਹੋ ਜੂਗਾ। ਸੋ ਸਭ ਤੋਂ ਪਹਿਲਾਂ ਆਜੂਗਾ ਜੀ ਆਪਣਾ, ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁਛ ਕਹਿੰਦੇ ਸੀ, ਘਰ ਮਨੁੱਖ ਦੇ ਨਿੱਜੀ ਬਲਬੇ ਅਤੇ ਸ਼ਖਸੀ ਰਹਿਣੀ ਦਾ ਕੇਂਦਰ ਕਿਵੇਂ ਹੁੰਦਾ ਹੈ, ਬਾਬਾ ਰਾਮ ਸਿੰਘ ਦੀ ਚਲਾਈ ਨਾ ਮਿਲ ਵਰਤਣ ਲਹਿਰ ਦਾ ਵਰਣਨ ਕਰੋ, ਅਤੇ ਨੈਕਸਟ ਹੈਗਾ ਜੀ ਅਨਿਮਿਕਾ ਤੋਂ ਕੀ ਭਾਵ ਹੈ, ਇਸ ਬਾਰੇ ਕਿਹੜੀ ਘਟਨਾ ਪ੍ਰਚਲਿਤ ਹੈ। ਚਲੋ ਕਰੀਏ। ਸੋ ਸਭ ਤੋਂ ਪਹਿਲਾਂ ਜੀ ਆਮ ਲੋਕ ਖੱਤਰੀ ਜਾਤ ਨਾਲ ਸੰਬੰਧਿਤ ਭਲਿਆਂ ਦੇ ਪੁੱਤ ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਣ ਪੀਣ ਭੁਲਾ ਕੇ ਮਰਦਾਨੇ ਡੂਮ ਨੂੰ ਲੈ ਕੇ ਜੰਗਲ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦਿਆਂ ਹਿੰਦੂਆਂ ਮੁਸਲਮਾਨਾਂ ਤੋਂ ਵੱਖਰੀ ਚਾਲ ਚੱਲਦਿਆਂ ਦੇਖ ਕੁਰਾਈਆ ਸਮਝਣ ਲੱਗੇ ਅਤੇ ਕਹਿਣ ਲੱਗੇ ਤਾਂ ਉਸ ਦੀ ਮੱਤ ਮਾਰੀ ਗਈ ਹੈ ਜੋ ਕਿਸੇ ਦੀ ਵੀ ਗੱਲ ਨਹੀਂ ਸੁਣਦਾ। ਅਤੇ ਨੈਕਸਟ ਆਜੂਗਾ ਜੀ ਘਰ ਦੇ ਮਨੁੱਖ ਦੇ ਨਿੱਜੀ ਬਲਬਿਆਂ ਅਤੇ ਸ਼ਖਸੀ ਰਹਿਣੀ ਬਹਿਣੀ ਦਾ ਕੇਂਦਰ ਹੈ। ਇਹ ਸਾਰਾ ਤੁਸੀਂ ਪੜ੍ਹ ਲਿਓ ਅਤੇ ਹੁਣ ਕਰਦੇ ਹਾਂ ਜੀ ਨੈਕਸਟ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਬਾਬਾ ਰਾਮ ਸਿੰਘ ਅੰਗਰੇਜ਼ਾਂ ਵਿਰੁੱਧ ਨਾ ਮਿਲਵਰਤਨ ਲਹਿਰ ਦੇ ਮੋਢੀ ਸਨ। ਉਹਨਾਂ ਨੇ ਆਪਣੇ ਸਾਰੇ ਸ਼ਰਧਾਲੂਆਂ ਨੂੰ ਹਦਾਇਤ ਦਿੱਤੀ ਕਿ ਅੰਗਰੇਜ਼ਾਂ ਦੇ ਡਾਕ ਰੇਲ ਕਚਹਿਰੀਆਂ ਪ੍ਰਬੰਧ ਸਾਰੇ ਦਾ ਬੋਇਕਆਊਟ ਕਰ ਦਿਉ, ਅਤੇ ਉਹਨਾਂ ਨੇ 1860 ਦੇ ਆਸ ਪਾਸ ਸਵਦੇਸ਼ੀ ਡਾਕ ਪ੍ਰਬੰਧ ਚਾਲੂ ਕਰ ਦਿੱਤੀ, ਠੀਕ ਹੈ। ਸੋ ਹੁਣ ਕਰਦੇ ਹਾਂ ਜੀ ਨੈਕਸਟ। ਅਨਾਮਿਕਾ ਤੋਂ ਕੀ ਭਾਵ ਹੈ, ਅਨਾਮਿਕਾ ਤੋਂ ਭਾਵ ਹੈ ਨਾ ਥਾਂ ਨਹੀਂ ਜਾਂ ਉਹ ਹੈ ਨਹੀਂ, ਠੀਕ ਹੈ। ਇੱਕ ਵਿਦਵਾਨ ਸਮਾਲੋਚਕ ਦੱਸਦਾ ਹੈ ਕਿ ਜਦੋਂ ਕਵੀਆਂ ਦੀ ਗਿਣਤੀ ਕਰਨ ਲੱਗੇ ਤਾਂ ਪਹਿਲੀ ਉਂਗਲੀ ਚੀਚੀ ਅਤੇ ਕਾਲੀਦਾਸ ਦਾ ਨਾਂ ਗਿਣਿਆ, ਉਸ ਤੋਂ ਬਾਅਦ ਅਜਿਹਾ ਹੋਰ ਕੋਈ ਨਹੀਂ ਹੋਇਆ। ਇਸ ਲਈ ਅਗਲੀ ਉਂਗਲੀ ਲਈ ਨਾਮਿਕਾ ਦਾ ਨਾਮ ਸਮਰੱਥ ਹੋਇਆ, ਕਿਉਂਕਿ ਅੱਗੇ ਨਾਮ ਲੈਣ ਨੂੰ ਕਾਲੀਦਾਸ ਦੇ ਮੁਕਾਬਲੇ ਹੋਰ ਕੋਈ ਹੈ ਹੀ ਨਹੀਂ ਸੀ, ਠੀਕ ਹੈ। ਸੋ ਹੁਣ ਕਰਦੇ ਹਾਂ ਨੈਕਸਟ। ਇਹ ਆਪਣੇ ਕੋਲ ਆ ਜਾਣਗੇ ਜੀ ਸਾਰ, ਅੰਗ ਸੰਗ ਕਹਾਣੀ ਦਾ ਅਤੇ ਧਰਤੀ ਹੇਠਲਾ ਬਲਦ। ਚਲੋ ਕਰੀਏ। ਹਾਂਜੀ, ਜਿਵੇਂ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਅੰਗ ਸੰਗ ਕਹਾਣੀ 'ਚ ਕੀ ਹੁੰਦਾ, ਕਰਤਾਰ ਸਿੰਘ ਦਾ ਬਾਪ ਦਾ ਮਤਲਬ ਗਹਿਣੇ ਚੜ੍ਹੇ ਹੁੰਦੇ ਆ, ਤਾਂ ਉਹਦਾ ਬਾਪ ਜਿਹੜਾ ਬਾਹਰ ਚਲੇ ਜਾਂਦਾ ਸਿੰਗਾਪੁਰ, ਉੱਥੇ ਜਾ ਕੇ ਕਮਾਈ ਕਰਦਾ ਅਤੇ ਸਾਰਾ ਕਰਜ਼ਾ ਲਾ ਦਿੰਦਾ ਅਤੇ ਹੋਰ ਪੈਸੇ ਆਉਣ ਲੱਗ ਜਾਂਦੇ, ਅਤੇ ਜਿਹੜਾ ਉਹਦਾ ਮੁੰਡਾ ਹੁੰਦਾ ਕਰਤਾਰ ਸਿੰਘ ਉਹ ਪੈਸੇ 'ਤੇ ਐਸ ਕਰਨ ਲੱਗ ਜਾਂਦਾ, ਗਲਤੀਆਂ ਆਦਤਾਂ 'ਤੇ ਪੈ ਜਾਂਦਾ ਅਤੇ ਉਹਦੀ ਮੌਤ ਹੋ ਜਾਂਦੀ ਹੈ, ਠੀਕ ਹੈ। ਬਸ ਇਹੀ ਆ ਸਾਰਾ ਕੁਛ, ਇਹ ਤੁਸੀਂ ਪੜ੍ਹ ਲੈਣਾ ਵਾ ਅਤੇ ਕਰ ਲੈਣਾ ਵਾ। ਅਤੇ ਉਸ ਤੋਂ ਬਾਅਦ ਆਜੂਗਾ ਜੀ ਆਪਣਾ ਬਲਵੰਤ ਧਰਤੀ ਹੇਠਲਾ ਬਲਦ। ਧਰਤੀ ਹੇਠਲਾ ਬਲਦ ਮਤਲਬ ਉਸਦੇ ਪਿਓ ਨੂੰ ਕਿਹਾ ਗਿਆ ਸੀ, ਕਿਉਂਕਿ ਉਹ ਸਾਰਾ ਕੁਛ ਜਾਣਦਾ ਸੀ ਪਰ ਉਹ ਜਿਹੜਾ ਉਹਦਾ ਦੋਸਤ ਹੁੰਦਾ ਉਹਨੂੰ ਦੱਸਦਾ ਨਹੀਂ ਹੁੰਦਾ, ਮਤਲਬ ਦਿਖਾਉਂਦਾ ਨਹੀਂ ਹੁੰਦਾ ਕਿ ਉਹਨੂੰ ਪਤਾ ਵਾ, ਇਸ ਲਈ ਉਸਨੂੰ ਧਰਤੀ ਹੇਠਲਾ ਬਲਦ ਕਿਹਾ ਕਿ ਇੰਨਾ ਬੋਝ ਉਹਨੇ ਸੰਭਾ ਰਿਹਾ ਮਤਲਬ ਲਿੱਤਾ ਹੋਇਆ ਤਾਂ ਵੀ ਉਹ ਸ਼ੋਅ ਨਹੀਂ ਕਰ ਰਿਹਾ। ਸੋ ਇਹ ਤੁਸੀਂ ਸਾਰਾ ਪੜ੍ਹ ਲੈਣਾ ਅਤੇ ਹੁਣ ਕਰਦੇ ਹਾਂ ਜੀ ਨੈਕਸਟ। ਉਸ ਤੋਂ ਬਾਅਦ ਆ ਜਾਣਗੇ ਜੀ ਕਹਾਣੀਆਂ ਦੇ ਆਧਾਰ 'ਤੇ ਪੁੱਛੇ ਗਏ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕੋਈ ਦੋ ਦੇ ਉੱਤਰ ਕਰੋ, ਠੀਕ ਹੈ। ਸੋ ਜਿਵੇਂ ਤੁਸੀਂ ਕਾਕਾ ਸੁਪਨੇ ਵਿੱਚ ਕੀ ਬੜਬੜਾ ਰਿਹਾ ਸੀਗਾ, ਬੰਬ ਬਹਾਦਰ ਨੇ ਪੈਰਾਂ ਸੰਗਲ ਤੋੜ ਕੇ ਕੀ ਤਬਾਹੀ ਕੀਤੀ, ਕਰਤਾਰ ਸਿੰਘ ਦੇ ਛੋਟੀ ਉਮਰੇ ਜਾਣ ਦੇ ਕੀ ਕਾਰਨ ਸਨ, ਕਰਮ ਸਿੰਘ ਦਾ ਸੁਭਾਅ ਕਿਹੋ ਜਿਹਾ ਸੀ। ਚਲੋ ਕਰੀਏ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਕਾਕਾ ਸੁਪਨੇ ਵਿੱਚ ਇਸ ਕਰਕੇ ਬੜਾ ਰਿਹਾ ਸੀ ਕਿਉਂਕਿ ਉਹ ਸੁੱਤਾ ਸੀਗਾ ਪਰ ਉਸਦੇ ਅਚੇਤ ਮਨ ਜਾਗ ਰਿਹਾ ਸੀਗਾ, ਉਸਦੇ ਅਚੇਤ ਮਨ ਉੱਤੇ ਉਸਦੀ ਕੁਲਫੀ ਖਾਣ ਦੀ ਅਪੂਰਤ ਇੱਛਾ ਹੀ ਭਾਰੂ ਸੀ। ਮਨੋਵਿਗਿਆਨ ਅਨੁਸਾਰ ਕਾਕੇ ਦੀ ਸਿਹਤਮੰਦ ਮਾਨਸਿਕ ਅਵਸਥਾ ਦਾ ਸੂਚਕ ਨਹੀਂ। ਸੋ ਹੁਣ ਕਰਦੇ ਹਾਂ ਜੀ ਨੈਕਸਟ। ਅਤੇ ਇਹਦਾ ਆਂਸਰ ਤੁਸੀਂ ਦੇਖ ਸਕਦੇ ਹੋ, ਰਾਤਬ ਚੋਰੀ ਕਰਨ ਨਾਲ ਗੁੱਸੇ ਨਾਲ ਭਰੇ ਬੰਬ ਨੇ
ਠੀਕ ਹੈ। ਮਤਾ ਦੀਨ ਨੂੰ ਪੈਰਾਂ ਨਾਲ ਕੁਚਲ ਦਿੱਤਾ ਸੰਗਲਾ ਤੋੜ ਕੇ, ਠੀਕ ਹੈ ਜੀ। ਉਹ ਬਾਗ ਦੇ ਵਿੱਚ ਪਹੁੰਚ ਗਿਆ, ਬਾਗ 'ਚ ਉਹਨੇ ਬੂਟੇ ਬੂਟੇ ਭਾਂਤੇ, ਸਾਰਾ ਲਿਖ ਲਿਆ। ਹੁਣ ਕਰਦੇ ਹਾਂ ਨੈਕਸਟ। ਅਤੇ ਨੈਕਸਟ ਹੈਗਾ ਜੀ, ਕਰਤਾਰ ਸਿੰਘ ਦੇ ਛੋਟੀ ਉਮਰੋਂ ਜਾਣ ਦੇ ਕੀ ਕਾਰਨ ਸਨ? ਕਰਤਾਰ ਸਿੰਘ ਛੋਟੀ ਉਮਰੇ ਜਾਣ ਦੇ ਇਸ ਕਾਰਨ ਸੀਗੇ ਕਿ ਉਸਦੇ ਵੈਲ, ਉਹ ਸ਼ਰਾਬ ਪੀਂਦਾ ਸੀਗਾ, ਅਫੀਮ ਖਾਂਦਾ ਸੀ, ਨਸ਼ੇ ਦੀਆਂ ਗੋਲੀਆਂ ਖਾਣ ਲੱਗ ਗਿਆ ਸੀ, ਉਹ ਨਸ਼ਾ ਵਾਰ ਅਤੇ ਬੀੜਾ ਵੀ ਲੈਂਦਾ ਸੀ। ਹੁਣ ਕਰਦੇ ਹਾਂ ਨੈਕਸਟ। ਅਤੇ ਨੈਕਸਟ ਆਜੂਗਾ ਜੀ, ਕਰਮ ਸਿੰਘ ਬਰਮਾ ਵਿੱਚ ਜਪਾਨੀਆਂ ਵਿਰੁੱਧ ਲੜਦਾ ਹੋਇਆ ਸ਼ਹੀਦ ਹੋ ਗਿਆ। ਉਹ ਜ਼ੁਬਾਨ ਦਾ ਬਹੁਤ ਮਿੱਠਾ ਸੀ, ਉਹ ਬਹੁਤ ਹੀ ਪੱਕਾ ਨਿਸ਼ਾਨਚੀ, ਫੁਰਤੀਲਾ ਅਤੇ ਚੁਸਤ ਸਰੀਰ ਵਾਲਾ ਸੀ। ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਮੋਹ ਰੱਖਣ ਵਾਲਾ ਸੀ। ਉਹ ਸਵੇਰ ਵੇਲੇ ਦੇਰ ਨਾਲ ਉੱਠਦਾ ਸੀ। ਹੁਣ ਕਰਦੇ ਹਾਂ ਜੀ ਨੈਕਸਟ। ਸੋ ਦੋਸਤੋ, ਉਸ ਤੋਂ ਬਾਅਦ ਆਜੂਗਾ ਜੀ ਆਪਣੇ ਕੋਲ ਪਾਤਰਨ ਚਿੱਤਰ, ਜਿਵੇਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ, ਅਤੇ ਪੁੱਤਰ ਅਤੇ ਔਰੰਗਜ਼ੇਬ ਦਾ, ਠੀਕ ਹੈ। ਔਰੰਗਜ਼ੇਬ ਮੋਸਟ ਇੰਪੋਰਟੈਂਟ ਆ, ਚਲੋ ਕਰਦੇ ਹਾਂ। ਜਿਵੇਂ ਤੁਸੀਂ ਪੁੱਤਰ ਦਾ ਦੇਖ ਸਕਦੇ ਹੋ, ਜਾਣ ਪਛਾਣ, ਜਾਣ ਪਛਾਣ 'ਚ ਸ਼ੁਰੂ 'ਚ ਦਿਸ ਦੇਣਾ ਵਾ ਪੁੱਤਰ ਨਾਇਕ ਕਾਂਗੀ ਦਾ ਮੁੱਖ ਪਾਤਰ ਆ। ਉਸਦੇ ਪਿਤਾ ਦਾ ਨਾਂ ਸੁਖਦੇਵ ਸਿੰਘ ਆ। ਉਸਨੇ ਮੈਟ੍ਰਿਕ ਜ਼ਿਲ੍ਹੇ ਵਿੱਚੋਂ BA ਕਾਲਜ ਤੋਂ MA ਜਮਾਤ ਵਿੱਚੋਂ ਪਹਿਲੇ ਦਰਜੇ ਨਾਲ ਪਾਸ ਕੀਤੀ ਹੈ। ਉਹ ਨੌਕਰੀ ਦੀ ਭਾਲ ਵਿੱਚ ਹੈ, ਠੀਕ ਹੈ। ਇਕਾਂਗੀ ਵਿੱਚ ਉਸਦਾ ਪਾਤਰ ਪੁਰਾਣੀ ਪੀੜ੍ਹੀ ਨਾਲ ਟਾਕਰਾ ਨਵੀਂ ਪੀੜ੍ਹੀ ਦੀ ਪ੍ਰਤੀਨਿਧਤਾ ਕਰਦਾ ਹੈ, ਠੀਕ ਹੈ। ਨਵੀਂ ਪੀੜ੍ਹੀ ਦੀ ਪ੍ਰਤੀਨਿਧ ਕਰਦਾ, ਠੀਕ ਹੈ। ਉਹ ਆਪਣੇ ਬਾਪ ਨਾਲ ਲੜਦਾ ਹੁੰਦਾ ਵਾ, ਇੱਦਾਂ ਬਸ ਜਿਉਣ ਦੇ ਸੰਘਰਸ਼ ਵਿੱਚ ਫਸਿਆ ਹੋਇਆ, ਠੀਕ ਹੈ। ਉਹ ਜਿਉਣ ਦੇ ਸੰਘਰਸ਼ 'ਚ ਫਸਿਆ ਹੋਇਆ ਸੀ, ਪੜ੍ਹ ਲਿਓ, ਠੀਕ ਹੈ। ਦਲੀਲ ਨਾਲ ਗਰਲ ਕਰਦਾ ਸੀਗਾ, ਹੋਰ ਠੀਕ ਹੈ। ਹਾਜ਼ਰ ਜਵਾਬ ਸੀਗਾ, ਜਿਵੇਂ ਤੁਸੀਂ ਕੋਈ ਸਵਾਲ ਪੁੱਛ ਦੋਗੇ ਨਾਲ ਹੀ ਉਹਨੇ ਜਵਾਬ ਦੇ ਦੇਣਾ। ਭ੍ਰਿਸ਼ਟਾਚਾਰ ਵਿਰੋਧੀ ਸੀਗਾ, ਆਪਣੇ ਪੈਰਾਂ 'ਤੇ ਖੜ੍ਹਨਾ ਚਾਹੁੰਦਾ ਸੀਗਾ, ਉਹ ਹਕੀਕਤ ਦੀ ਪਛਾਣ ਕਰਨ ਵਾਲਾ ਸੀਗਾ, ਦਲੇਰ ਅਤੇ ਸੱਚਾ ਅਤੇ ਖਰੀ ਖਰੀ ਗੱਲ ਕਹਿਣ ਵਾਲਾ ਸੀਗਾ, ਠੀਕ ਹੈ। ਸੁਰਹਿੱਦ ਸੀਗਾ, ਪਿਤਾ ਨਾਲ ਪਿਆਰ ਰੱਖਣ ਵਾਲਾ ਵੀ ਸੀਗਾ, ਆਸ਼ਾਵਾਦੀ ਵੀ ਸੀਗਾ, ਸੁਲਝਿਆ ਹੋਇਆ ਇਨਸਾਨ ਵੀ ਸੀਗਾ, ਠੀਕ ਹੈ। ਸੋ ਹੁਣ ਕਰਦੇ ਹਾਂ ਜੀ ਨੈਕਸਟ। ਨੈਕਸਟ ਹੈਗਾ ਜੀ ਆਪਣਾ ਜਾਣ ਪਛਾਣ ਔਰੰਗਜ਼ੇਬ ਦੀ। ਔਰੰਗਜ਼ੇਬ ਜਫਰਨਾਮਾ ਇਕਾਂਗੀ ਦਾ ਇਤਿਹਾਸਿਕ ਪਾਤਰ ਹੈ, ਜੋ ਕਿ ਮੁਗਲ ਬਾਦਸ਼ਾਹ ਸੀ, ਠੀਕ ਹੈ। ਇਕਾਂਗੀ ਵਿੱਚ ਔਰੰਗਜ਼ੇਬ ਦਾ ਕੱਦ ਮਧਰਾ, ਸਰੀਰ ਕਮਜ਼ੋਰ, ਨੱਕ ਲੰਬਾ, ਰੰਗ ਗੋਰਾ, ਦਾੜੀ ਚਿੱਟੀ, ਮੁੱਛਾਂ ਕੱਟੀਆਂ ਹੋਈਆਂ, ਅੱਖਾਂ ਤੇਜ਼ ਭਖਦੀਆਂ ਹੋਈਆਂ, ਅਤੇ ਉਸਦੇ ਸਫੈਦ ਮਲਬਲ ਪਾਇਆ ਹੋਇਆ, ਠੀਕ ਹੈ, ਮੁਗਲ ਢੰਗ ਨਾਲ ਚੋਲਾ ਚੋਗਾ ਹੈ, ਜਿਸ ਦੀਆਂ ਤਣੀਆਂ ਸੱਜੇ ਮੋਢੇ ਹੇਠ ਬਣੀਆਂ ਹੋਈਆਂ ਹਨ। ਉਸਦੀ ਪਗੜੀ ਸੋਨੇ ਦੀਆਂ ਤਾਰਾਂ ਨਾਲ ਬਣੀਆਂ ਹੋਈਆਂ ਹਨ, ਠੀਕ ਹੈ। ਉਸਦੇ ਸਿਲਕ ਦੇ ਕਮਰਬੰਦ ਵਿੱਚ ਖੰਜਰ ਟੰਗਿਆ ਹੋਇਆ ਹੈ, ਬਸ ਇਹ ਆ ਸਾਰਾ ਕੁਛ। ਅਤੇ ਉਸਦੇ ਪੁੱਤਰ ਦਾ ਨਾਮ ਕਾਮ ਬਖਸ਼ ਹੈ ਅਤੇ ਧੀ ਦਾ ਨਾਮ ਜ਼ੀਨਤ ਉਨਿਸਾ, ਠੀਕ ਹੈ। ਇੱਕ ਜ਼ਾਲਮ ਬਾਦਸ਼ਾਹ ਸੀਗਾ, ਠੀਕ ਹੈ। ਉਹ ਬਹੁਤ ਜ਼ਾਲਮ ਸੀਗਾ, ਚਲਾਕ ਅਤੇ ਧਾਰਮਿਕ ਕੱਟੜਤਾ ਵਾਲਾ, ਠੀਕ ਹੈ। ਉਹ ਬਹੁਤ ਚਲਾਕ ਵੀ ਸੀਗਾ ਅਤੇ ਧਾਰਮਿਕ ਕੱਟੜ ਰੱਖਦਾ ਸੀਗਾ ਆਪਣੇ ਧਰਮ ਦੇ ਰਿਲੇਟਡ, ਠੀਕ ਹੈ। ਸੋ ਨੈਕਸਟ ਆਜੂਗਾ ਜੀ ਦਿਲ ਵਿੱਚ ਭੇਤ ਦੀਆਂ ਗੱਲਾਂ ਰੱਖਣ ਵਾਲਾ, ਠੀਕ ਹੈ। ਉਹ ਆਪਣੀ ਦਿਲ ਦੀਆਂ ਗੱਲਾਂ ਕਿਸੇ ਨੂੰ ਨਹੀਂ ਦੱਸਦਾ ਸੀਗਾ, ਨਾ ਕਿ ਆਪਣੀ ਪਤਨੀ ਨੂੰ, ਨਾ ਕਿ ਆਪਣੀ ਬੇਟੀ ਨੂੰ, ਠੀਕ ਹੈ। ਸ਼ੱਕੀ ਮਿਜ਼ਾਜ ਵਾਲਾ, ਅਤੇ ਦੋਸਤੋ ਉਹ ਬਹੁਤ ਸ਼ੱਕੀ ਮਿਜ਼ਾਜ ਵਾਲਾ ਸੀਗਾ। ਉਹਨੂੰ ਆਪਣੇ ਸਾਰਿਆਂ ਤੋਂ, ਆਪਣੀ ਘਰ ਵਾਲੀ ਤੋਂ ਵੀ ਡਰ ਲੱਗਦਾ ਹੁੰਦਾ ਸੀ ਕਿ ਤੇ ਮੈਨੂੰ ਇਹ ਜ਼ਹਿਰ ਮਿਲਾ ਕੇ ਨਾ ਦੇਣ ਦੇਣ, ਠੀਕ ਹੈ। ਕਮਜ਼ੋਰੀਆਂ ਨੂੰ ਛੁਪਾਉਣ ਵਾਲਾ, ਠੀਕ ਹੈ। ਉਹ ਕਮਜ਼ੋਰੀਆਂ ਨੂੰ ਛੁਪਾਉਂਦਾ ਸੀਗਾ, ਜਿਹੜੀ ਵੀ ਉਹ 'ਚ ਕਮਜ਼ੋਰੀ ਹੁੰਦੀ ਸੀਗੀ ਉਹ ਕਿਸੇ ਨੂੰ ਨਹੀਂ ਦੱਸਦਾ ਹੁੰਦਾ ਸੀ ਵਿਦਰੋਹ ਦੇ ਡਰ ਕਾਰਨ। ਅਤੇ ਨੈਕਸਟ ਹੈਗਾ ਜੀ ਪਿਆਰ, ਪਰਿਵਾਰ ਨਾਲ ਪਿਆਰ ਕਰਨ ਵਾਲਾ, ਠੀਕ ਹੈ। ਔਰੰਗਜ਼ੇਬ ਸੀਗਾ ਜਿਹੜਾ ਆਪਣੀ ਪਿਆਰ ਪਰਿਵਾਰ ਨਾਲ ਪਿਆਰ ਕਰਦਾ ਸੀ, ਜਿਨ੍ਹਾਂ ਤੋਂ ਨਿਸਣ ਤਾਂ ਬਹੁਤ ਪਿਆਰ ਕਰਦਾ ਸੀਗਾ, ਬੇਵਸ ਇਨਸਾਨ ਸੀਗਾ, ਠੀਕ ਹੈ। ਉਸਨੇ ਆਪਣੇ ਪਹਿਲੇ ਸਮੇਂ 'ਤੇ ਲੋਕਾਂ ਦਾ ਦਰਦ ਦਿੱਤਾ ਸੀ, ਬਹੁਤ ਦਰਦ ਦਿੱਤਾ ਸੀ। ਹੁਣ ਬੁਢਾਕੇ ਵੇਲੇ ਉਹਨੂੰ ਥੋੜ੍ਹਾ ਜਿਹਾ ਪਛਤਾਵਾ ਹੋਣ ਲੱਗ ਗਿਆ ਸੀ ਜਫਰਨਾਮਾ ਪੜ੍ਹ ਕੇ।
ਤੇ ਐਂਡ ਦੇ ਸਮੇਂ ਠੀਕ ਹੈ ਉਹ ਸੱਚ ਨੂੰ ਸਵੀਕਾਰ ਵੀ ਕਰ ਲੈਂਦਾ। ਗੁਰੂ ਜੀ ਦਾ ਆਇਆ ਖਤ ਪੜ੍ਹ ਕੇ ਔਰੰਗਜ਼ੇਬ ਰਾਜ ਵਿੱਚ ਹੋਏ ਜ਼ੁਲਮਾਂ ਕਾਰਨ ਬੇਚੈਨ ਹੋ ਜਾਂਦਾ ਹੈ ਅਤੇ ਆਪਣੀ ਹਾਰ ਸਵੀਕਾਰ ਕਰ ਲੈਂਦਾ। ਅਸਨ ਖਾਂ ਦੀ ਸਨ ਗੁਰੂ ਜੀ ਨੂੰ ਬੁਲਾਉਣ ਦਾ ਫੈਸਲਾ ਕਰਦਾ। ਠੀਕ ਹੈ, ਸੋ ਹੁਣ ਕਰਦੇ ਹਾਂ ਜੀ ਨੈਕਸਟ। ਅਤੇ ਉਸ ਤੋਂ ਬਾਅਦ ਆ ਜੂਗਾ ਜੀ ਆਪਣੇ ਕੋਲ ਵਾਰਤਾਲਾਪ ਜਿਹਨੂੰ ਆਪਾਂ ਦੇਣੀ ਆ। ਠੀਕ ਹੈ, ਸੋ ਇਹ ਆਪਾਂ ਇਹ ਵਾਲੀ ਕਰਦੇ ਹਾਂ। ਠੀਕ ਹੈ, ਉੱਤੇ ਵਾਲੀ ਨਹੀਂ ਆਉਂਦੀ ਮੈਨੂੰ। ਮੈਨੂੰ ਪਹਿਲਾਂ ਹੀ ਸ਼ੱਕ ਸੀ ਉਹ ਮੇਰੇ ਨਾਲ ਅੱਖਾਂ ਨਹੀਂ ਮਿਲਾ ਸਕਣਗੇ। ਉਹਨਾਂ ਦੀ ਸ਼ਰਾਫਤ ਦਾ ਝੁੰਗਲ ਮਾਟਾ ਪਾਰਟ 2 ਹੋਇਆ ਹੈ। ਠੀਕ ਹੈ, ਇਹ ਆ ਅਤੇ ਇਹਦਾ ਆਂਸਰ ਦੇਖਦੇ ਹਾਂ। ਸ਼ਰਨਜੀਤ ਤੋਂ ਹੀ ਪਤਾ ਲੱਗ ਗਿਆ ਜੀ ਇਹ ਹੈਗੀ ਹੈ ਜੀ ਕਾਂਗੀ ਸੱਤ ਸਮੁੰਦਰੋਂ ਪਾਰ। ਠੀਕ ਹੈ, ਸੋ ਪਹਿਲਾ ਕੁਸ਼ਚਨ ਹੈਗਾ ਜੀ ਇਹ ਸ਼ਬਦ ਕਿਸਨੇ ਕਿਸ ਨੂੰ ਕਹੇ। ਠੀਕ ਹੈ, ਅਤੇ ਦੂਜਾ ਹੈਗਾ ਜੀ ਸ਼ਰਨਜੀਤ ਨੂੰ ਬਾਜਵੇ 'ਤੇ ਕੀ ਸ਼ੱਕ ਸੀਗਾ। ਠੀਕ ਹੈ, ਥਰਡ ਹੈਗਾ ਜੀ ਇਹ ਸ਼ਬਦ ਕਿਹੜੀ ਕਾਂਗੇ ਵਿੱਚੋਂ ਲਏ ਗਏ ਆ। ਤੁਹਾਨੂੰ ਦੱਸਤਾ ਸੱਤ ਸਮੁੰਦਰੋਂ ਪਾਰ, ਅਤੇ ਆਹ ਦੋ ਆਂਸਰ ਹੈਗੇ ਇਹ ਕਰਾਉਂਦਾ ਜਿਵੇਂ ਤੁਸੀਂ ਇੱਥੇ ਆਂਸਰ ਦੇਖ ਸਕਦੇ ਹੋ। ਠੀਕ ਹੈ, ਇਹ ਹੈਗੀ ਹੈ ਜੀ ਆਪਣੀ ਸਮੁੰਦਰੋਂ ਪਾਰ, ਜਿਹਨੇ ਬਣਾਈ ਆ ਉਹਦਾ ਨਾਂ ਲਿਖਤਾ, ਅਤੇ ਜਿਹੜੇ ਸ਼ਬਦ ਸੀਗੇ ਕਿੰਨੀ ਕਿੰਨੀ ਕਿ ਇਹ ਆ। ਇਹ ਸ਼ਬਦ ਬਲਵੰਤ ਸ਼ਰਨਜੀਤ ਨੇ ਬਲਵੰਤ ਢਿੱਲੋਂ ਨੂੰ ਉਸ ਸਮੇਂ ਕਹੇ ਜਦੋਂ ਉਹ ਇੱਕ ਦੱਸਦਾ ਹੈ ਕਿ ਬਾਜਵਾ ਸ਼ਰਨਜੀਤ ਦੇ ਇੰਗਲੈਂਡ ਆਉਣ ਬਾਰੇ ਗੁੱਸਾ ਹੋਇਆ। ਠੀਕ ਹੈ, ਸੋ ਹੁਣ ਕਰਦੇ ਹਾਂ ਜੀ ਨੈਕਸਟ। ਚੌਥਾ ਸੀਗਾ ਜੀ ਆਪਣੇ ਕੋਲ ਸ਼ਰਨਜੀਤ 'ਤੇ ਕੀ ਸ਼ੱਕ ਸੀਗਾ, ਇਹ ਕਿ ਬਰਦੇਵ ਬਾਜਵਾ ਉਸ ਨਾਲ ਨਜ਼ਰ ਨਹੀਂ ਮਿਲਾ ਸਕੇਗਾ। ਹੁਣ ਕਰਦੇ ਹਾਂ ਜੀ ਨੈਕਸਟ। ਉਸ ਤੋਂ ਬਾਅਦ ਆ ਜੂਗਾ ਜੀ ਆਪਣੇ ਕੋਲ ਨਾਵਲ ਦੀ ਪਾਤਰਨ ਚਿਤਰਨ, ਜਿਵੇਂ ਤੁਸੀਂ ਦੇਖ ਸਕਦੇ ਹੋ ਬੈਂਤਾ ਅਤੇ ਦਿਆਲਾ। ਠੀਕ ਹੈ, ਬੰਤਾ ਤਾਰੋ ਫੁੰਮਣ ਬਹੁਤ ਇੰਪੋਰਟੈਂਟ ਆ। ਠੀਕ ਹੈ, ਇਹਨਾਂ ਤਿੰਨੋਂ ਨੂੰ ਯਾਦ ਕਰ ਲਓ, ਇਹਨਾਂ 'ਚ ਇੱਕ ਨਾ ਇੱਕ ਇੱਕ ਤੁਹਾਡੇ ਪੱਕੇ ਪੇਪਰਾਂ 'ਚ ਵੀ ਆਜੂਗਾ, ਇਸ ਪੇਪਰ 'ਚ ਵੀ ਆਜੂਗਾ, ਬੰਤਾ ਤਾਰੋ ਫੁੰਮਣ। ਠੀਕ ਹੈ, ਬੰਤੇ ਦਾ ਤੁਸੀਂ ਦੇਖ ਸਕਦੇ ਹੋ ਬੰਤੇ ਦੀ ਜਾਣ ਪਛਾਣ ਕਰਾ ਦੇਣੀ ਆ ਕਿ ਇੱਕ ਹੋਰ ਨਵਾਂ ਸਾਲ ਦਾ ਪਾਤਰ ਹੈ। ਠੀਕ ਹੈ, ਉਹ ਆਪਣੇ ਪਰਿਵਾਰ ਨਾਲ ਰਹਿੰਦਾ, ਅੰਮ੍ਰਿਤਸਰ ਵਿੱਚ ਰਹਿੰਦਾ, ਰਿਕਸ਼ਾ ਚਲਾਉਂਦਾ ਵੇ, ਸਾਰੇ ਉਹਦੀ ਗੱਲਾਂ ਦੱਸ ਦੇਣੀਆਂ, ਉਹਦੀ ਪਤਨੀ ਦਾ ਨਾਂ, ਉਹਦੀ ਕਿੰਨੀਆਂ ਕੁੜੀਆਂ ਅਤੇ ਕਿੰਨੇ ਮੁੰਡੇ ਆ, ਇਹ ਜਾਣ ਪਛਾਣ 'ਚ ਆਜੂਗਾ। ਫਿਰ ਮਿਹਨਤੀ ਅਤੇ ਗਰੀਬ ਇਨਸਾਨ ਆ। ਠੀਕ ਹੈ, ਇਹ ਤੁਸੀਂ ਪੁਆਇੰਟ ਪੜ੍ਹ ਲੈਣੇ ਆ। ਅਣਖੀਲਾ ਆਦਮੀ ਆ, ਕਰਜ਼ੇ ਵਿੱਚ ਡੁੱਬਿਆ ਹੋਇਆ ਵਾ, ਪੜ੍ਹਨ ਦਾ ਸ਼ੌਕੀਨ ਸੀ। ਠੀਕ ਹੈ, ਕੁੜੀ ਅਤੇ ਮੁੰਡੇ ਵਿੱਚ ਫਰਕ ਨਹੀਂ ਕਰਦਾ ਸੀ, ਪਤਨੀ ਨੂੰ ਪਿਆਰ ਕਰਦਾ ਸੀਗਾ, ਦੇਸ਼ ਭਗਤੀ ਦੀ ਭਾਵਨਾ ਵਾਲਾ ਸੀਗਾ, ਧਾਰਮਿਕ ਬੇਰਤੀ ਵਾਲਾ ਸੀਗਾ, ਘਰੇਲੂ ਕਲੇਸ਼ ਤੋਂ ਦੁਖੀ ਸੀਗਾ, ਮਾਂ ਦਾ ਖਿਆਲ ਰੱਖਣ ਵਾਲਾ ਸੀਗਾ, ਗਾਉਣ ਦਾ ਸ਼ੌਕੀਨ ਸੀਗਾ, ਏਕਤਾ ਵਿੱਚ ਵਿਸ਼ਵਾਸ ਰੱਖਦਾ ਸੀਗਾ, ਬੰਤਾ ਠੀਕ ਹੈ ਆਸ਼ਾਵਾਦੀ ਸੀਗਾ, ਦੂਸਰਿਆਂ ਦੀ ਮਦਦ ਕਰਦਾ ਸੀ, ਹਸਮੁੱਖ ਸੁਭਾਅ ਵਾਲਾ ਸੀਗਾ। ਅਤੇ ਹੁਣ ਕਰਦੇ ਹਾਂ ਜੀ ਆਪਾਂ ਤਾਰੋ ਦਾ ਚਿਤਰਨ। ਠੀਕ ਹੈ, ਮੈਂ ਤੁਹਾਨੂੰ ਉਹ ਦਿਆਲੇ ਦਾ ਤਿਆਰ ਨਹੀਂ ਕਰਾ ਰਿਹਾ ਕਿਉਂਕਿ ਉਹ ਇੰਪੋਰਟੈਂਟ ਨਹੀਂ ਹੈਗਾ, ਸੋ ਇਹ ਤੁਸੀਂ ਦੇਖ ਲਿਓ ਹੈ ਨਾ। ਸੋ ਇਹ ਹੋ ਗਿਆ, ਅਤੇ ਲਾਸਟ 'ਚ ਆਪਣੇ ਕੋਲ ਆਜੂਗੀ ਜੀ ਵਾਰਤਾਲਾਪ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ 40 ਸ਼ਬਦਾਂ ਦੇ ਵਿੱਚ। ਇਹ ਹੋ ਗਈ ਜੇ 3 ਨੰਬਰਾਂ ਦੀ, ਦੋਨੋਂ ਦੇਖ ਲਓ ਕਿਹੜੇ ਆ ਜੀ। ਆਪਾਂ ਵੀ ਦੋਹਾਂ ਕਾਕੀਆਂ ਨੂੰ ਓਨਾ ਹੀ ਪੜ੍ਹਾਉਣਾ ਜਿੰਨਾ ਕਿ ਫੁੰਮਣ ਨੂੰ, ਹੌਲੀ ਚਲਾਵੇ ਰਿਕਸ਼ਿਆ, ਬੰਤਿਆ ਤੈਨੂੰ ਦਿੰਦਾ ਨਹੀਂ ਕੁੜੀ ਦੀ ਹਾਲਤ ਵੇਖ। ਚਲੋ ਹੁਣ ਕਰਦੇ ਹਾਂ ਜੀ। ਸੋ ਪਹਿਲਾਂ ਦੇਖ ਲਓ ਜੀ ਆਪਣੀ ਸਵੇਰ ਕਾਂਡ 'ਚੋਂ ਆ, ਇਹ ਵਾਰਤਾਲਾਪ ਨਿਰੰਜਨ ਤਸਨੀਮ ਦੀ ਲਿਖੇ ਨਾਵਲ ਇੱਕ ਹੋਰ ਨਵਾਂ ਸਵਾਲ ਸਵੇਰ ਭਾਗ ਵਿੱਚੋਂ ਲਏ ਗਏ। ਇਹ ਤਾਂ ਇੰਨਾ ਕੁ ਤਾਂ ਆਊਗਾ ਹੀ। ਠੀਕ ਆ, ਸਵੇਰ ਭਾਗ ਅਤੇ ਦੁਪਹਿਰ ਭਾਗ ਆਜੂ ਜਾਂ ਸ਼ਾਮ ਭਾਗ ਆਜੂ। ਫਿਰ ਹੈਗਾ ਜੀ ਇਹ ਸ਼ਬਦ ਬੰਤੇ ਨੇ ਰਿਕਸ਼ੇ ਵਿੱਚ ਬੈਠੇ ਪਤੀ ਪਤਨੀ ਦੀਆਂ ਅੱਖਾਂ ਦੀਆਂ ਬੱਚਿਆਂ ਬਾਰੇ ਗੱਲਾਂ ਸੁਣ ਕੇ ਆਪਣੇ ਮਨ ਵਿੱਚ ਸੋਚਿਆ। ਠੀਕ ਹੈ, ਸੋ ਹੁਣ ਕਰਦੇ ਹਾਂ ਜੀ ਨੈਕਸਟ, ਵਿਆਖਿਆ ਵੀ ਦੇਖ ਲਿਓ। ਅਤੇ ਨੈਕਸਟ ਆਜੂਗਾ ਜੀ ਹੌਲੀ ਚਲਾਵੇ ਰਿਕਸ਼ਿਆ। ਠੀਕ ਹੈ, ਇਹ ਹੈਗਾ ਜੀ ਇਹ ਵਾਰਤਾਲਾਪ ਉਹੀ ਆ ਦੁਪਹਿਰ ਭਾਗ ਵਿੱਚੋਂ ਲਈ ਗਈ ਆ। ਇਹ ਸ਼ਬਦ ਬੰਤੇ ਦੀ ਮਾਂ ਨੇ ਉਸ ਸਮੇਂ ਕਹੇ ਜਦੋਂ ਆਪਣੀ ਮਾਂ ਅਤੇ ਪਤਨੀ ਨੂੰ ਗੁਰਦੁਆਰੇ ਸ਼ੇਰਾ ਸਾਹਿਬ ਲੈ ਕੇ ਗਿਆ ਸੀ। ਵਿਆਖਿਆ, ਬੰਤੇ ਦੀ ਮਾਂ ਕਹਿੰਦੀ ਹੈ ਕਿ ਉਸਨੇ ਬੰਤੇ ਨੂੰ ਬਹੁਤ ਵਾਰ ਰਿਕਸ਼ਾ ਹੌਲੀ ਚਲਾਉਣ ਲਈ ਕਿਹਾ ਹੈ ਕਿਉਂਕਿ ਉਸਦੀ ਰਿਕਸ਼ਾ ਤੇਜ਼ ਚਲਾਉਣ ਨਾਲ ਤਾਰੋ ਕਾਫ਼ੀ ਘਬਰਾਉਂਦੀ ਹੋਈ ਹੈ। ਠੀਕ ਹੈ,
ਤੇ ਦੋਸਤੋ ਇੱਥੇ ਵੀਡੀਓ ਆਪਣੀ ਵਧੀਆ ਖਤਮ ਹੁੰਦੀ ਹੈ, ਅਤੇ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ, ਅਤੇ ਨੈਕਸਟ ਪੇਪਰ ਆਪਣਾ ਕਮੈਂਟ ਕਰ ਦਿਓ। ਚਲੋ ਦੋਸਤੋ ਬਾਏ।